ਵੀਰੇ ਨੇ ਕੋਠੀ ਤਿਆਰ ਕਰਵਾਈ ਹੈ, ਪਹਿਲਾਂ ਵਾਲਾ ਘਰ ਸੀਗਾ ਤੇ ਉਹਨੂੰ ਰੀਨਿਊ ਕਰਵਾ ਲਿਆ। ਕਿੱਡਾ ਕਹਿਣ ਲੱਗਦਾ ਬਾਣੀ ਦੀ ਉਹ ਵੀਡੀਓ ਨੀ ਬਣ ਸਕੀ, ਸੋਰੀ ਬਾਣੀ। ਬਾਣੀ ਦੇ ਕਿੰਨੀਆਂ ਗੁੱਤਾਂ। ਅਸੀਂ ਪਹਿਲਾਂ ਗਾਈ ਟੱਪ ਗਏ ਸੀ, ਫਿਰ ਅਸੀਂ ਪੁੱਠੇ ਮੁੜ ਕੇ ਆਏ। ਮੂੰਹ ਬੰਦ ਕਰ, ਨਹੀਂ ਮੈਂ ਦੇਖ ਰਿਹਾ, ਮੂੰਹ ਬੰਦ ਕਰ। ਵੀਰੇ ਨੇ ਕੋਠੀ ਤਿਆਰ ਕਰਵਾਈ ਹੈ, ਪਹਿਲਾਂ ਵਾਲਾ ਘਰ ਸੀਗਾ ਤੇ ਉਹਨੂੰ ਰੀਨਿਊ ਕਰਵਾ ਲਿਆ। ਕਿੱਡਾ ਕਹਿਣ ਲੱਗਦਾ, ਬਾਰੀਆਂ ਬੁਰੀਆਂ ਦੇਖੋ। ਬਾਹਰੋਂ ਲੁੱਕ ਦਿਖਾਉਣੀ ਅੱਜ, ਆ ਗੇਟ ਵੀ ਦੇਖ ਲਓ। ਅਸੀਂ ਇੱਥੇ ਹੀ ਰਹਿੰਦੇ ਹਾਂ, ਸਾਰੇ ਜਾ ਰਹੇ ਹਾਂ। ਦੋ ਮਾਰੇ ਚਾਟੇ ਤੂੰ ਐਵੇਂ ਕਰਦੀ ਕੀ ਹੋਣਾ ਸੀ ਦੱਸੀ। ਬਾਣੀ ਦੀ ਤਾਂ ਬੜੀ ਯਾਦਗਿਰੀ, ਬਾਣੀ ਦੀ ਉਹ ਵੀਡੀਓ ਨੀ ਬਣ ਸਕੀ, ਸੋਰੀ ਬਾਣੀ। ਲੋ ਵੀ ਨਾਣ ਕੇ ਆਏ ਨੇ ਵੀ ਨਾਣ ਇੱਧਰ। ਕੀ ਦੱਸਦਾ ਸੀ, ਕੀ ਦੱਸਦਾ ਸੀ ਤਾਈ ਜੀ ਨੂੰ? ਆ ਸਾਨੂੰ ਕਮਰਾ ਮਿਲਿਆ ਭੂਆ ਜੀ ਘਰੇ, ਦੇਖੋ ਕਿਵੇਂ ਖਲਾਰਾ ਪਾਤਾ। ਤੁਸੀਂ ਆਦਾ ਨੀ ਲੈ ਕੇ ਸਮਾਨ ਦਿਖਾਉਣ ਵਾਸਤੇ? ਨਹੀਂ ਅੱਜ ਮੈਂ ਨਹੀਂ ਲੈ ਗਿਆ। ਇਹ ਮੇਰੀ ਭੂਆ ਜੀ ਦਾ ਮੁੰਡਾ ਹੈਗਾ ਰਵੀਰ, ਉਹ ਵੱਡੇ ਬਾਪੂ ਜੀ। ਇੱਧਰ ਛੋਟੇ ਬਾਪੂ ਜੀ ਪਏ, ਬਾਪੂ ਜੀ ਸੋਵੇਂ ਗਏ, ਫੁੱਫੜ ਜੀ ਤੇ ਬੀਬੀ ਜੀ, ਇਹਨਾਂ ਨੇ ਆਪਦਾ ਪੂਰਾ ਸੈਟਅਪ ਕਰ ਰੱਖਿਆ ਉੱਤੇ ਹੀ। ਨਾਨਕੇ ਤੂੰ ਸਪੈਸ਼ਲ ਰਹੀ ਐ ਟਿਕਟ ਤੰਗ ਕਰਨ ਵਾਸਤੇ, ਪਿਛਲੀ ਵਾਰੀ ਅਸੀਂ ਭੱਜ ਗਏ ਸੀ। ਬਾਣੀ ਦੇ ਕਿੰਨੀਆਂ ਗੁੱਤਾਂ। ਹੁਣ ਅਸੀਂ ਚੱਲੇ ਵਿਆਹ ਵਾਲੇ ਘਰੇ। ਕੀ ਸੁਬਹਾ ਦਾ ਨਾਸ਼ਤਾ 10 ਵਜੇ ਹੋ ਰਿਹਾ, ਸੱਚੀ 10 ਵਜੇ।
ਜਦੋਂ ਕਾਰ ਨੂੰ ਸੈਂਟਰ ਲੋਕ ਲੱਗ ਜਾਈ ਤਾਂ ਲੋਕ ਕਿਵੇਂ ਖੋਲਣਾ? ਹਾਂ ਇਹ ਪੈਗੀ ਪੈਗੀ ਚਲ ਬਸ ਕਰੋ ਪੱਟਤੀ ਸੀਸਾ ਪੱਟਾ ਰਬੜ ਜੀ ਲਾਓ ਮੋਬਾਈਲ ਗਏ ਤਾਰ ਕੇ ਇਥੋਂ ਚਾਚਾ ਜੀ ਨੇ ਲੋਕ ਖੋਲ ਲਿਆ ਜਦੋਂ ਬੰਦ ਕਰ ਦੇਣਾ ਨਾਲ ਦੀਆਂ ਕੱਢ ਲੈ ਕਾਰ ਨਾਲ ਆਏ ਬਿੰਦਰ ਭੁੱਲ ਗਿਆ ਜਾਂ ਸ਼ੀਸ਼ਾ ਇਹ ਸਾਡੀ ਭੂਆ ਜੀ ਹੁਣ ਅਸੀਂ ਘਰੇ ਚੱਲੇ ਘਰੇ ਨਹੀਂ ਬਰਾਤ ਮੈਂ ਕੋਈ ਲੈ ਕੇ ਬਾਪੂ ਹਾਂ ਪਹਿਲਾਂ ਸੈਂਟਰ ਸੁੰਟਰ ਲੋਕ ਲਾ ਕੇ ਖੋਲ ਖੂਲ ਕੇ ਹੁਣ ਅਸੀਂ ਚੱਲੇ ਚਲ ਠੀਕ ਹੈ ਬਾਏ ਭੂਆ ਜੀ ਆਉਂਦੇ ਕੋਠੀ ਝਾੜ ਲੈ ਕੇ ਬਹੁਤ ਘੱਟ ਕੀਤਾ ਸੋਹਣੇ ਬਣੇ ਹੈ ਨਾ ਕਰਨ ਕਹਿੰਦੀ ਜਵਾਕਾਂ ਵਾਂਗੂ ਮੈਂ ਵੀ ਕਾਟਨ ਕਹਿੰਦੀ ਅੱਜ ਕਰਨ ਦੀ ਲੁੱਕ ਚੇਂਜ ਹੈ ਇਹ ਕਹਿੰਦੇ ਸਾਡਾ ਵਲੌਗ ਨੀ ਬਣਾਇਆ ਮੈਂ ਯਾਦ ਕਰ ਦੇਣਾ ਮੇਰੇ ਫਿਰ ਪੁਆਇੰਟ ਵੀ ਤਾਂ ਮਾਰਨਾ ਹੋਇਆ ਕੋਈ ਨਾ ਕੋਈ ਸਾਨੂੰ ਵੀ ਪੁੱਛ ਲੋ ਜਵਾਕਾਂ ਨੂੰ ਵੀ ਪੁੱਛ ਲੋ ਕੱਲੇ ਕੱਲੇ ਲੱਗੇ ਪਏ ਦੋਸਤ ਦੋਸਤ ਤੁਹਾਡਾ ਜਵਾਕ ਤੁਹਾਡਾ ਜਵਾਕ ਇਹ ਸਾਡੀ ਭੈਣ ਦਾ ਹੈਗੀ ਤੁਹਾਡਾ ਜਵਾਕ ਹੈ ਕਿ ਨਹੀਂ ਉਹ ਦੱਸ ਦੋ ਸਾਡੇ ਤਾਂ ਮਾਮਾ ਜੀ ਵੀ ਉੱਥੇ ਹੁੰਦੇ ਜਿੱਥੇ ਅਸੀਂ ਹੁੰਦੇ ਹਾਂ ਉਸ ਵਿਆਹ ਤੇ ਜ਼ਰੂਰ ਹੁੰਦੇ ਆ ਮਾਮੇ ਦਾ ਮੁੰਡਾ ਵੀ ਅਸੀਂ
ਸਾਡਾ ਮਾਮਾ ਵਿਚੋਲੇ ਬਹੁਤ ਬੰਦ ਹੈ, ਅਸੀਂ ਹਰ ਵਿਆਹ ਚ ਪਹਿਲਾਂ ਮਿਲਦੇ ਹੀ ਮਿਲਦੇ ਹਾਂ। ਇਹ ਮਾਮਾ ਆਪਾਂ ਨੂੰ ਪਤਾ ਬਹੁਤ ਵਿਚੋਲਾ ਬੰਦ ਹੈ ਮਾਮਾ, ਤੁਹਾਡੀ ਬਾਹਰ ਬੈਠੀ ਬਣਾਤੀ ਨਾਨੀ ਨੇ ਤਾਂ ਅੱਜ ਕੱਲ ਦੀਆਂ ਐਨਕਾਂ ਲਾਈਆਂ ਹੋਈਆਂ ਹੈ ਕੱਢਣ। ਕਿਆ ਚੱਲਦਾ ਗਾਈਸ? ਚਾਚੇ ਜੀ ਅਸੀਂ ਸੋਚਿਆ ਉਹ ਤੁਹਾਨੂੰ ਐਵੇਂ ਨਾ ਮੰਨ ਲੈਣ ਵੀ ਆ ਸਰਵਾਲਾ ਹੀ ਹੋਊਗਾ ਇਹਨੂੰ ਸ਼ਗਨ ਮਾਈਆ।
ਨਹੀਂ ਮੈਂ ਦੇਸ ਮੂੰਹ ਬੰਦ ਕਰ ਫੋਨ ਨਾਲ ਮਿਆਰੇ ਦੇਖੀ ਬਾਲਾ ਵੀ ਨਾ ਮਿੱਠਾ ਕਰ ਦਿਓ ਕਿਤੇ ਮਿੱਠਾ ਬਾਅਦ ਬੋਲ ਪੱਟਣ ਵਾਸਤੇ ਕੁਛ ਨਾ ਜਾਏ ਚੱਲ ਪਰਲੀ ਸਾਈਡ ਜਾ ਤੇਰੀ ਵੀਡੀਓ ਬਣਾਈ ਨਾ ਮੂੰਹ ਬੰਦ ਕਰ ਲਾ ਹੁਣ ਮੂੰਹ ਬੰਦ ਕਰੀ ਮੂੰਹ ਬੰਦ ਕਰ ਕਰ ਯਾਰ ਮੂੰਹ ਬੰਦ ਰੋਟੀ ਸਾਡੇ ਕੋਲ ਲੈਣੀ ਦਹੀਂ ਦੇ ਦੋ ਦੋ ਕੋਲੀਆਂ ਆ ਜਾ ਆ ਜਾ ਪੜੀ ਲੱਤਾਂ ਨਾ ਬਿਗੀਆਂ ਕਰਦੀ ਆਪਦਾ ਪਿੰਡ ਆਪਦਾ ਪਿੰਡ ਹੀ ਹੁੰਦਾ ਹਾਸੀ ਜੀ ਆਉਣ ਲੱਗ ਗਈ ਮੰਮਾ ਨੂੰ ਉੱਥੇ ਅਸੀਂ ਕਹੀਏ ਮੰਮਾ ਫੋਟੋ ਕਰਾ ਲਓ ਹੱਸ ਲਓ ਥੋੜਾ ਜਿੰਨਾ ਹਾਂ ਕਰਿਆ ਕਿੰਨੇ ਯਾਰ ਆ ਜਾਂਦਾ